ਪੂਰਵ ਤੇ ਆਫਰ ਲਾ ਦਾ, ਹਾਂ ਕਰ ਦਾਂਗੇ ਨਾ 15,000 ਦਾ ਕਰ ਦਾਂਗੇ। ਠੀਕ ਹੈ ਜੀ, ਸਾਹਮਣੇ ਆ ਗਿਆ ਜੀ 8-55 5 ਸਟਾਰ ਰਿਵਰਸ ਪੀਟੀਓ। ਕਿੰਨੇ ਮਾਡਲ ਹੈ ਜੀ ਇਹ? 2021 ਮਾਡਲ ਹੈ, 21 ਮਾਡਲ ਹੈ। ਪੀਵੀ 13 ਸੰਗਰੂਰ ਦਾ ਨੰਬਰ ਹੈ, ਡਬਲ ਪੰਪ ਡਬਲ ਡਿਸਟ੍ਰੀਬਿਊਟਰ ਜਮਾ ਨਵਾਂ ਟਰੈਕਟਰ ਹੈ, 1150 ਘੰਟਾ ਚੱਲੇ। ਠੀਕ ਹੈ ਜੀ, ਨਾਲ ਦੀ ਟਾਇਰ ਟੂਰ ਹੈ ਬਾਈ, 16 ਦੇ ਟਾਇਰ ਆ, 1150 ਘੰਟਾ 1150 ਘੰਟਾ ਚੱਲੇ ਰਹੀ ਨਾਲ। ਠੀਕ ਹੈ ਜੀ, ਹਾਲੈਂਡ 36 ਪਲੱਸ ਵਾਲਾ ਮਾਡਲ ਆ ਤੇ ਇਹ 3 ਸਪੀਡ ਚ ਆ ਗਿਆ। 3 ਸਪੀਡ, ਹਾਂ ਟੌਪ ਵਾਲਾ ਮਾਡਲ, ਟੌਪ ਵਾਲਾ ਮਾਡਲ, ਡਬਲ ਪੰਪ ਡਬਲ ਡਿਸਟ੍ਰੀਬਿਊਟਰ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਜੀ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ, ਜੋ ਕਿ ਹਰ ਬੁੱਧਵਾਰ ਨੂੰ ਆਉਂਦੀ ਆ ਤੇ ਬਾਈ ਸਤਨਾਮ ਨਾਲ ਕਰਾਉਣੇ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜਸਪ੍ਰੀਤ, 2 ਹੋ ਗਏ ਜਸਪ੍ਰੀਤ ਹੁਣ ਸਾਡੀ ਮੰਡੀ 'ਚ। ਠੀਕ ਹੈ ਜੀ, ਤੇ ਕੰਮ ਨੂੰ ਦੇਖਦੇ ਹੋਏ ਮੰਡੀ ਦਾ ਕਿੰਨਾ ਕੁ ਫਰਕ ਪਿਆ? ਮੰਡੀ ਦਾ ਬਾਈ ਹੁਣ ਕਿਹੜਾ ਮੰਦਾ ਹੈਗਾ, ਸੀਜ਼ਨ ਆਫ ਹੈ, ਝੋਨਾ ਝੁਨਾ ਵੱਢੀ ਜਾਂਦੇ, ਕੋਈ ਬਿਜਾਈ ਕਰੀ ਜਾਂਦਾ। ਠੀਕ ਹੈ ਜੀ, ਹਾਂ ਟਰੈਕਟਰ ਥੋੜੇ ਹੀ ਆਉਂਦੇ ਹੁਣ ਤਾਂ। ਠੀਕ ਆ, ਹਾਂ ਇਹ ਹੈਗੇ ਆ ਟਰੈਕਟਰ, 400-500 ਟਰੈਕਟਰ ਦਾ ਹੈਗਾ ਨਾ? ਹਾਂ ਇੰਨੇ ਕੁ ਤਾਂ ਹੁੰਦੇ ਆ, ਵੈਸੇ ਹੁੰਦਾ 9,000 ਪਲੱਸ, ਵੈਸੇ ਬੜਾ ਜ਼ਿਆਦਾ ਹੋ ਜਾਂਦਾ ਟਰੈਕਟਰ, ਇਹਦੇ ਬਾਅਦ ਵਧੀ ਜਾਊਗਾ ਸਾਰਿਆਂ ਨੂੰ ਵੱਡੀ ਮੰਡੀ। ਬਾਕੀ ਚੰਗਾ ਟਰੈਕਟਰ ਲੈ ਕੇ ਆਉਣਾ ਤਾਂ ਹੁਣ ਥੋੜੇ ਟਰੈਕਟਰਾਂ 'ਚ ਛੱਡ ਵਧੀਆ ਲਿਆ ਸਕਦਾ, ਜ਼ਿਆਦਾ ਟਰੈਕਟਰਾਂ 'ਚ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿਹੜਾ ਲੈਣਾ ਕਿਹੜਾ ਨਹੀਂ, ਉਲਝ ਜਾਂਦਾ, ਉਦੋਂ ਮਾੜਾ ਟਰੈਕਟਰ ਹੀ ਲੈ ਜਾਂਦਾ। ਠੀਕ ਆ ਬਾਈ, ਉਦੋਂ ਕਮਾਦ 'ਚੋਂ ਗੰਨਾ ਪੱਟਣ ਵਾਲੀ ਗੱਲ ਹੁੰਦੀ ਹੈ, ਜਦੋਂ ਕਮਾਦ 'ਚ ਪੜ ਜਾਂਦਾ ਅਗਲਾ ਆਹ ਪੱਟ ਲੱਗਿਆ ਆਹ ਪੱਟ ਲੱਗਿਆ, ਇੱਕ ਵਾਰੀ ਮਾੜਾ ਪੱਟ ਕੇ ਮੁੜੇ ਆਉਂਦਾ ਕਾਣਾ ਗੰਨਾ। ਠੀਕ ਆ ਬਾਈ, ਉਹ ਗੱਲ ਹੋ ਜਾਂਦੀ, ਉਦੋਂ ਕਾਣਾ ਗੰਨਾ ਲੈ ਜਾਂਦਾ, ਉਦੋਂ ਅਗਲਾ ਮਾੜਾ ਟਰੈਕਟਰ ਲੈ ਜਾਂਦਾ। ਠੀਕ ਹੈ, ਤੇ ਜੇ ਹੁਣ ਲੈ ਕੇ ਜਾਣਾ ਹੋਵੇ ਥੋੜੇ ਟਰੈਕਟਰ ਤੋਂ ਵਧੀਆ ਤਸੱਲੀ ਕਰਕੇ ਲਿਆ ਸਕਦਾ ਚੰਗਾ ਟਰੈਕਟਰ। ਠੀਕ ਹੈ ਜੀ, ਹਾਂ ਉਹ ਅਸੀਂ ਤਾਂ ਹਰ ਵਕਤ ਹੀ ਵੇਚਣੇ ਆ, ਮੈਂ ਤੈਨੂੰ ਕਹਾਂ। ਠੀਕ ਹੈ ਜੀ, ਤੇ ਪਹਿਲਾਂ ਟਰੈਕਟਰ ਦਿਖਾਉਣੇ ਆ ਫਿਰ ਬਾਈ ਦਾ ਐਡਰੈਸ ਦੇਵਾਂਗੇ। ਸਾਹਮਣੇ ਆ ਗਿਆ ਜੀ ਮੈਸੀ ਟਰੈਕਟਰ 241 DI, ਇਹ ਜੇ ਸੀ ਰਜਾਲਾ। ਕਿੰਨੇ ਮਾਡਲ ਹੈ ਜੀ ਇਹ? 2004 ਮਾਡਲ ਹੈ, 4 ਮਾਡਲ ਆ, ਨੰਬਰ 50 ਆ। ਹਾਂ ਟਾਇਰ ਟੂਰ ਹੀ, ਟਾਇਰ ਪਿਛਲੇ 80 ਪੈਸੇ ਅਗਲੇ 50-60 ਪੈਸੇ। ਠੀਕ ਆ ਜੀ, ਤੇ ਓਰੀਜਨਲ ਹੀ ਆ ਟਰੈਕਟਰ ਬਾਈ? ਟਰੈਕਟਰ ਓਰੀਜਨਲ ਹੀ ਆ, ਰੰਗ ਪੇਂਟ ਦਾ ਵੀ ਕੋਈ ਕੀ ਆਖਣਾ, ਮਾੜਾ ਮੋਟਾ ਪਹਿਲਾਂ ਪੂਲਾ ਮਗਰਾੜਾ ਮੂਰੂਣਾ ਤੇ ਕਿਤੇ ਹੋਇਆ ਹੋਵੇ। ਠੀਕ ਆ ਜੀ, ਕੋਈ ਜੱਜਮੈਂਟ ਨਹੀਂ ਗਈ, 50 ਨੰਬਰ ਆ। ਹਾਂ ਵੇਟ ਵੀ ਲੱਗਿਆ ਹੋਇਆ ਬੈਕ ਸਾਈਡ ਤੇ, ਇਹ 4 ਮਾਡਲ ਆ। ਕੀ ਡਿਮਾਂਡ ਆ ਜੀ? 2,60,000 ਰੁਪਇਆ, 2,60,000 ਡਿਮਾਂਡ ਆ। ਹਾਂ 50 ਨੰਬਰ ਆ। ਕਿੰਨੇ ਦਾ ਹੋ ਜੂਗਾ ਜੀ? ਦੇ ਦਾਂਗੇ, ਕੋਈ ਨਹੀਂ ਘੱਟ ਦੇ ਦਾਂਗੇ, ਜਿਵੇਂ ਤੁਸੀਂ ਕਹੋਗੇ ਯਾਰ। ਠੀਕ ਹੈ ਜੀ, ਤੁਹਾਨੂੰ ਫੋਨ ਕਰ ਲੇ ਬੰਦਾ, ਕੋਈ ਚੱਕਰ ਨਹੀਂ। ਗੁਰਪੂਰਬ ਆ ਰਿਹਾ ਬਾਈ, ਗੁਰਪੂਰਬ ਤੇ ਆਫਰ ਲਾ ਦਾਂਗੇ। ਹਾਂ ਕਰ ਦਾਂਗੇ ਨਾ 15,000 ਦਾ ਕਰ ਦਾਂਗੇ। ਠੀਕ ਹੈ ਜੀ, ਸਾਹਮਣੇ ਆ ਗਿਆ ਜੀ 855 5 ਸਟਾਰ ਰਿਵਰਸ ਪੀਟੀਓ। ਕਿੰਨੇ ਮਾਡਲ ਹੈ ਜੀ ਇਹ? 2021 ਮਾਡਲ ਹੈ, 21 ਮਾਡਲ ਆ। ਪੀਵੀ 13 ਸੰਗਰੂਰ ਦਾ ਨੰਬਰ ਆ, ਡਬਲ ਪੰਪ ਡਬਲ ਡਿਸਟ੍ਰੀਬਿਊਟਰ, ਜਮਾ ਨਵਾਂ ਟਰੈਕਟਰ ਹੈ, 1150 ਘੰਟਾ ਚੱਲੇ। ਠੀਕ ਹੈ ਜੀ, ਨਾਲ ਦੀ ਟਾਇਰ ਟੂਰ ਆ ਬਾਈ, 16 ਦੇ ਟਾਇਰ ਆ, 1150 ਘੰਟਾ 1150 ਘੰਟਾ ਚੱਲੇ ਰਹੀ ਨਾਲ। ਠੀਕ ਹੈ ਜੀ, ਇਹ 3 ਹੁੰਦਾ ਕਿ 2 ਸਪੀਡ ਜੀ? ਇਹ 2 ਸਪੀਡ, 2 ਸਪੀਡ। ਹਾਂ ਠੀਕ ਹੈ ਜੀ, ਮਾਡਲ ਆ ਗਿਆ 21, ਤੇ ਇਹਦੀ ਕੀ ਡਿਮਾਂਡ ਆ ਜੀ? 7,10,000 ਰੁਪਇਆ, 7,10,000 ਡਿਮਾਂਡ ਆ। ਇਹਚੋ ਵੀ ਮਾਨਤਾਨ ਸਾਰਿਆਂ ਚੋਂ ਹੋ ਜੂ। ਠੀਕ ਹੈ ਜੀ, ਅੱਗੇ ਆ ਗਿਆ ਜੀ ਸਵਰਾਜ 855 4 ਸਟਾਰ ਰਿਵਰਸ ਪੀਟੀਓ, ਇਹ ਵੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ। ਠੀਕ ਹੈ ਜੀ, ਰੰਗ ਪੇਂਟ ਦਾ ਜੀ? ਬੜਾ ਚੰਗਾ ਟਰੈਕਟਰ ਹੈ। ਠੀਕ ਹੈ, ਮਗਰਾੜਾ ਮਰੂੜਾ ਵੀ ਨਾਲ ਦੀ ਆ ਬਾਈ? ਮਗਰਾੜ ਥੋੜੇ ਪੇਂਟ ਹੋਇਆ ਥੱਲੋਂ, ਠੀਕ ਹੈ, ਟੱਚਿੰਗ ਹੋਈ ਆ ਮੱਲਾ ਕੱਲੀ ਥੋੜੀ ਜਿਹੀ ਮਗਰਾੜਾਂ ਦੀ, ਇਹ ਨਹੀਂ ਹੈਗਾ ਉਹ ਟਰੈਕਟਰ ਨਵਾਂ ਹੈਗਾ ਜਮਾ। ਟਾਇਰ ਟੂਰ ਬਾਈ? ਟਾਇਰ 80 ਪੈਸੇ, 80 ਪੈਸੇ ਟਾਇਰਾਂ ਦੀ ਕੰਡੀਸ਼ਨ ਆ, 14 ਦੇ ਟਾਇਰਾਂ ਦਾ। ਹਾਂ ਵਧੀਆ ਕੰਪਨੀ ਦੇ ਟਾਇਰ ਆ। ਮਾਡਲ ਜੀ ਇਹ? ਮਾਡਲ 2014। ਡਿਮਾਂਡ ਜੀ? 4,95,000। ਟਰੈਕਟਰ ਨੂੰ ਦਿਖਾ, ਤੂੰ ਐਨ ਜਮਾ ਸੀਸੇ ਵਰਗਾ ਪੈ, ਜਮਾ ਨਵਾਂ ਦੇਖ, ਮੂੰਹ ਦੇਖ ਲਾ ਭਲਾਂ ਦੀ ਇਹਦੇ ਵਿੱਚ। ਰੰਗ ਪੇਂਟ ਦਾ ਪੂਰਾ ਸੋਹਣਾ ਟਰੈਕਟਰ। ਹਾਂ ਇੰਜਨ ਗੇਅਰ ਦਾ ਵੀ ਉਨਾ ਹੀ ਚੰਗਾ, ਪੂਰਾ ਚੰਗਾ, ਹਾਂ ਚੱਲੇ ਹੀ ਥੋੜਾ ਟਰੈਕਟਰ, ਰਹੀ ਨਾਲ ਹੀ ਚੱਲੇ ਜਿੰਨਾ ਚੱਲੇ। ਠੀਕ ਹੈ ਜੀ,
ਅੱਗੇ ਆ ਗਿਆ ਜੀ ਫਾਰਮ ਟਰੈਕ 60 ਦਾ, ਇਹ ਸੁਪਰ ਮੈਕਸ 'ਚ ਆ ਗਿਆ। ਪੀਵੀ ਪੁਆਇੰਟ ਮੋਹਾਲੀ ਦਾ ਨੰਬਰ ਆ ਗਿਆ। ਇਹ ਆ ਗਿਆ ਪਾਵਰ ਸਟੀਅਰਿੰਗ ਜੀ, ਇਹਦੇ ਡਿਸਟ੍ਰੀਬਿਊਟਰ ਹੁੰਦਾ ਕਿ ਹੁੰਦਾ ਨਹੀਂ? ਹਾਂ ਡਿਸਟ੍ਰੀਬਿਊਟਰ ਡਬਲ ਹੈ ਵੀ ਹੁੰਦਾ ਹੈਗਾ, ਡਬਲ ਡਿਸਟ੍ਰੀਬਿਊਟਰ 'ਚ ਆ ਗਿਆ ਜੀ। ਇਹ ਟਾਇਰ ਵਾਲੀ ਹੁੱਡ ਲੱਗਿਆ, ਟਾਇਰਾਂ ਦੀ ਕੀ ਕੰਡੀਸ਼ਨ ਹੈ? ਟਾਇਰ ਪਿਛਲੇ ਰੈਡੀਅਲ ਦੇ, ਜਿਹੜੇ ਮਹਿੰਗੇ ਵਾਲੇ ਆਉਂਦੇ ਆ ਉਹ ਹੈਗੇ 75 ਪੈਸੇ, ਗੁਡੀਆਰ ਦੇ ਆ। ਠੀਕ ਹੈ, ਸਿੰਪਲ ਗੁਡੀਆਰ। ਠੀਕ ਹੈ ਜੀ, ਅਲਾਇੰਸ ਦੇ ਟਾਇਰ ਆ ਬਾਈਕ ਵਾਲੇ। ਹਾਂ, ਅਗਲੇ ਨਵੇਂ ਟਾਇਰ ਆ ਗੁਡੀਆਰ ਦੇ। ਠੀਕ ਹੈ, ਡਬਲ ਪੰਪ ਡਬਲ ਡਿਸਟ੍ਰੀਬਿਊਟਰ 'ਚ ਆ ਗਿਆ, ਫਾਈਬਰ ਵਾਲੀ ਹੁੱਡ ਲੱਗੀ ਹੈ। ਮਾਡਲ ਜੀ ਇਹ? ਮਾਡਲ 2016। ਠੀਕ ਹੈ, ਕੀ ਡਿਮਾਂਡ ਹੈ ਇਹਦੀ? 4,95,000 ਰੁਪਇਆ। ਠੀਕ ਹੈ ਜੀ, ਅੱਗੇ ਆ ਗਿਆ ਜੀ 855 ਫੋਰ ਸਟਾਰ, ਇਹ ਵੀ ਡਬਲ ਡਿਸਟ੍ਰੀਬਿਊਟਰ ਹੈ ਜੀ। ਹਾਂ, ਡਬਲ ਡਿਸਟ੍ਰੀਬਿਊਟਰ, ਡਬਲ ਪੰਪ, ਪਾਵਰ ਸਟੀਅਰਿੰਗ, ਇਹਦਾ ਪੰਜਾਬ ਆ ਗਿਆ ਜੀ। ਟੌਪ ਮਾਡਲ, ਪੰਜਾਬ ਨੰਬਰ ਹੈ ਇਹਦਾ? ਇਹ ਪੰਜਾਬ ਨੰਬਰ 'ਚ ਆ ਗਿਆ। ਟਾਇਰ ਜਮਾ ਚਾਰੇ ਨਵੇਂ ਹੈ। ਠੀਕ ਹੈ ਜੀ, ਫਰੰਟ ਵਾਲੇ BKT ਦੇ, ਬਾਇਕ ਵਾਲੇ ਅਪੋਲੋ ਦੇ, ਬਿਲਕੁਲ ਨਵੇਂ ਟਾਇਰ ਆ ਬਾਇਕ ਵਾਲੇ, 14 ਦੇ ਟਾਇਰ ਆ, ਬਿਲ ਵੀ ਮਿਲਜੂ ਟਾਇਰਾਂ ਦਾ ਬਾਇਕ ਵਾਲਿਆਂ ਦਾ। ਹਾਂ, ਕਰਲੋਸਕਰ ਇੰਜਨ ਹੈ, ਕਰਲੋਸਕਰ ਦੇ ਇੰਜਨ ਵਾਲਾ ਟਰੈਕਟਰ ਹੈ ਜਿਹਦੀ ਡਿਮਾਂਡ ਜ਼ਿਆਦੇ ਆ। ਇਹ ਟਰੈਕਟਰ ਪਾਲੇ ਨਹੀਂ ਥਿਉਂਦੇ। ਇਹ ਮਾਡਲ ਆ ਗਿਆ 14, ਡਿਮਾਂਡ ਕਿੰਨੀ ਹੈ ਜੀ ਇਹਦੀ? 4,95,000 ਰੁਪਇਆ। ਇਹਦੀ ਵੀ 4,95,000 ਰੁਪਇਆ ਡਿਮਾਂਡ ਆ। ਇਹ ਟਰੈਕਟਰ ਘੱਟ ਮਿਲਦੇ ਨਾ ਵੀ ਕਰਲੋਸਕਰ? ਕਰਲੋਸਕਰ ਹਾਂ ਬੰਦ ਹੋ ਗਏ ਨਾ ਬਾਈ। ਠੀਕ ਹੈ, 2014 ਤੱਕ ਹੀ ਆਏ ਇਹ, 14 ਤੋਂ ਬਾਅਦ ਆਏ ਨਹੀਂ। ਇਹਦੀ ਜ਼ਿਆਦਾ ਮੰਗ ਰਹਿੰਦੀ ਆ, ਪਤਾ ਨਹੀਂ ਕੀ ਪਾਇਆ ਕੰਪਨੀ ਵਾਲਿਆਂ ਨੇ ਇਹਦੇ 'ਚ ਨਾ। ਕਹਿ ਦਿੰਦੇ ਬਾਈ ਤੇਲ ਘੱਟ ਖਾਂਦਾ, ਇੱਕ ਜਾਨ ਵੱਧ ਮਾਰਦਾ ਨਾ। ਦੇਖੋ ਕਹਿ ਦਿੰਦੇ ਆਪਾਂ, ਫਿਰ ਬਾਹਲਾ ਤਾਂ ਕੰਪੈਰੀਜ਼ਨ ਕਰਿਆ ਨਹੀਂ, ਫਰਕ ਜ਼ਰੂਰ ਹੈਗਾ, ਜ਼ਰੂਰ ਹੈਗਾ। ਹੂੰ, ਆਈ ਹੈ ਕੋਈ ਗੱਲਬਾਤ? ਫਰਕ ਹੈਗਾ ਗਾ। ਠੀਕ ਹੈ ਜੀ, ਹਾਂ ਅੱਗੇ ਮੇਰੇ ਕੋਲ ਤਾਂ ਦੋਨੀ ਹੈਗੇ, ਬਿਨਾਂ ਕਰਲੋਸਕਰ ਵੀ ਹੈਗਾ, ਪਰ ਹੁਣ ਫਰਕ ਦੱਸ ਦਿਆ ਵੀ ਹੈਗਾ ਗਾ। ਠੀਕ ਹੈ ਜੀ, ਠੀਕ। ਹਾਂ, ਅੱਗੇ ਆ ਗਿਆ ਜੀ ਸਵਰਾਜ 744 FE, ਇਹ ਸਿੰਗਲ ਸਟਾਰ 'ਚ ਆ ਗਿਆ। ਹਾਂ, ਸੋਹਣਾ ਟਰੈਕਟਰ ਆ ਪੂਰਾ, ਟਰੈਕਟਰ ਜਮਾ ਨਵਾਂ ਹੈ ਬਿਲਕੁਲ। ਠੀਕ ਹੈ ਜੀ, 80 ਪੈਸੇ ਟਾਇਰ ਹੈ, ਰੰਗ ਦਾ ਜਮਾ ਰਹੀ ਨਾਲ ਜਮਾ। ਹਾਂ, 20 ਮਾਡਲ ਵਰਗਾ, ਤੂੰ ਤਾਂ ਦੇਖ, ਸ਼ੋਸ਼ੂ ਐ ਸੀਸੇ ਵਰਗੇ ਮੂੰਹ ਦੇਖ ਲੈ ਆਪਣਾ। ਜਿਵੇਂ ਹੁਣ ਜਿਹੜੇ XT ਆਏ ਨੇ ਉਹਦੇ ਵਾਂਗੂ ਐ ਪੂਰਾ ਨਵਾਂ ਨਕੋਰ ਟਰੈਕਟਰ ਪਿਆ, ਇਹ ਜਮਾ ਨਵਾਂ ਪਿਆ। 13 ਦੇ ਟਾਇਰ ਆ ਬਈ, ਟਾਇਰ ਪਏ 80 ਪੈਸੇ ਟਾਇਰ। ਹਾਂ, ਮਾਡਲ ਆ ਜੀ ਇਹ 2009 ਮਾਡਲ ਆ, ਦੇਖਣ ਨੂੰ 14-15 ਦਾ ਭੁਲੇਖਾ ਪਾਉਂਦਾ। ਠੀਕ ਹੈ ਜੀ, ਕੀ ਡਿਮਾਂਡ ਹੈ ਇਹਦੀ ਬਾਈ? 3,35,000 ਰੁਪਇਆ। 3,35,000 ਡਿਮਾਂਡ ਆ। ਸਾਹਮਣੇ ਆ ਗਿਆ ਜੀ ਨਿਊ ਹਾਲੈਂਡ 36 ਪਲੱਸ ਵਾਲਾ ਮਾਡਲ ਆ, ਤੇ ਇਹ 3 ਸਪੀਡ 'ਚ ਆ ਗਿਆ। 3 ਸਪੀਡ, ਹਾਂ, ਟੌਪ ਵਾਲਾ ਮਾਡਲ, ਟੌਪ ਵਾਲਾ ਮਾਡਲ, ਡਬਲ ਪੰਪ ਡਬਲ ਡਿਸਟ੍ਰੀਬਿਊਟਰ, ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ? ਟਾਇਰ 75 ਪੈਸੇ। ਠੀਕ ਹੈ ਜੀ, ਮਾਡਲ ਜੀ ਇਹ? ਮਾਡਲ 2011। ਇਹਦੀ ਕੀ ਡਿਮਾਂਡ ਹੈ ਜੀ? ਰੇਟ 4,85,000। ਠੀਕ ਹੈ ਜੀ, 4,85,000 ਡਿਮਾਂਡ ਆ। ਰੰਗ ਪੇਂਟ ਦਾ ਜੀ? ਰੰਗ ਪੇਂਟ ਦਾ ਵਧੀਆ ਸੋਹਣਾ ਹੈਗਾ। ਠੀਕ ਹੈ ਜੀ, ਤੇ ਐਡਰੈਸ ਦਿੰਦੇ ਹਾਂ ਬਾਈ ਦਾ ਹੁਣ ਆਪਾਂ, ਤੇ ਮਾਨਤਾਨ ਤਾਂ ਕਰੋਗੇ ਨਾ? ਮਾਨਤਾਨ ਕਰ ਦਿਆਂਗੇ। ਠੀਕ ਹੈ ਜੀ, ਮਾਨਤਾਨ ਤਾਂ ਕਦੋਂ ਸੰਗਦਾ ਹੈਗਾ? ਇਹ 'ਚੋਂ ਕਿੰਨੇ ਦਾ ਕਰੋਗੇ ਜੀ? 4,85,000। ਕਿੰਨੇ ਦਾ ਕਰ ਦੂਗੇ ਤੂੰ ਬੋਲ? ਗਰਪੂਰ ਬਾਬੀ ਖੁੱਲੇ, ਬਸ ਤੈਨੂੰ ਫਿਰ ਖੁੱਲੀ ਛੁੱਟੀ ਹੈ, ਜਿੰਨੇ ਦਾ ਤੂੰ ਕਹਿ ਦੇਂਗਾ ਉਨਾ ਹੀ ਕਰ ਦਿਆਂਗੇ। ਕਰ ਦਾਂਗੇ 15,000। ਕਰ ਦਿਆਂਗੇ। ਠੀਕ ਹੈ ਜੀ, 20,000 ਦਾ ਕਰ ਦਿਆਂਗੇ। ਚਲੋ 20,000 ਦਾ ਡਿਸਕਾਊਂਟ ਹੋ ਜੂਗਾ ਜੀ ਆ ਟਰੈਕਟਰ 'ਚੋਂ। ਇਹ ਪਿੰਡ ਕਿਹੜਾ ਜੀ ਆਪਣਾ? ਬਸ ਲੋਕਲ ਹੀ ਹੁੰਦੇ ਟਰੈਕਟਰ ਇੱਥੇ ਆਪਣੇ ਤਲਵੰਡੀ ਸਾਹਿਬ। ਹਾਂ ਠੀਕ ਹੈ ਜੀ, ਕੰਟੈਕਟ ਨੰਬਰ ਜੀ 8825000004। ਪੁਰਾਣਾ ਟਰੈਕਟਰ ਵੀ ਕੱਟ ਲਓਗੇ ਜੀ? ਹਾਂ, ਪੁਰਾਣਾ ਵੀ ਕੱਟ ਲਾਂਗੇ, ਲੋਨ ਵੀ ਹੋ ਜੂਗੀ। ਹਾਂ, ਇੱਕ ਬਾਈ ਦਾ ਯੂਟਿਊਬ ਚੈਨਲ ਆ ਬਾਈ, ਉਹਦਾ ਨਾਮ ਵੀ ਦੱਸੋ ਜੀ। ਪੱਕੇ ਪੰਜਾਬੀ ਯੂਟਿਊਬ ਚੈਨਲ ਹੈ ਆਪਣਾ। ਠੀਕ ਹੈ ਜੀ, ਉਹ ਵੀ ਸਬਸਕ੍ਰਾਈਬ ਕਰ ਲਓ। ਹਾਂ, ਜੌਂਡੀਆ ਟਰੈਕਟਰ ਦੀ ਫੋਟੋ ਲੱਗੀ ਹੋਈ ਆ। ਠੀਕ ਹੈ ਜੀ, ਉਹਨੂੰ ਵੀ ਸਬਸਕ੍ਰਾਈਬ ਕਰ ਲਿਓ। ਠੀਕ ਹੈ ਬਾਈ ਜੀ, ਉਹ ਚੈਨਲ ਨੂੰ ਵੀ ਬਾਈ ਦੇ ਨੂੰ ਸਬਸਕ੍ਰਾਈਬ ਕਰ ਲਓ। ਉਹਦੇ ਤੇ ਵੀ ਵੀਡੀਓ ਪਾਉਣੇ ਹੁੰਦੇ ਆ, ਟਰੈਕਟਰਾਂ ਦੀਆਂ ਵੀਡੀਓ ਬਾਰੇ ਦੇਖਣੀ ਹੁੰਦੀ ਹੈ, ਕੋਈ ਹੋਰ ਵੀ। ਠੀਕ ਹੈ ਜੀ, ਪਾਉਂਦੇ ਰਹਿੰਦੇ ਆ ਵੀਡੀਓ। ਠੀਕ ਹੈ ਜੀ, ਜੇ ਕਿਸੇ ਨੂੰ ਚੰਗੀਆਂ ਲੱਗੀਆਂ ਤਾਂ ਦੇਖ ਸਕਦੇ ਹੋ। ਠੀਕ ਹੈ, ਲਾਈਕ ਕਰ ਸਕਦੇ ਹੋ। ਠੀਕ ਹੈ ਬਾਈ ਜੀ,
ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨੀ ਨਾ ਭੁੱਲਿਓ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਧੰਨਵਾਦ।